ਮੁੰਡਾ ਤਾਂ ਬਹੁਤ ਵਧੀਆ ਸੀ, ਕਬੱਡੀ ਕੁੱਡੀ ਖੇਡਦਾ ਸੀ ਵਧੀਆ, ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ। ਨਹੀਂ ਨਹੀਂ ਬਹੁਤ ਵਧੀਆ ਸੀ, ਪਿੰਡ ਤਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਉਹਦੀ। ਕਿੰਨੇ ਭੈਣ ਭਾਈ ਨੇ? ਉਹ ਮੇਰੇ ਚਾਰ ਭੈਣਾਂ ਨੇ, ਤਿੰਨ ਭਾਈ ਨੇ। ਇਹ ਵਿਆਹ ਹੋਇਆ ਸੀ? ਨਹੀਂ ਕੁਆਰਾ ਹੀ ਤਾਂ ਜੀ ਇਹ। ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਐਡੀ ਬੜੀ ਵਾਰਦਾਤ ਨੂੰ ਅੰਜਾਮ ਦਿੰਦਾ, ਕੀ ਕਾਰਨ ਹੋ ਸਕਦੇ ਇਹਦੇ ਵਿੱਚ? ਪਤਾ ਨਹੀਂ ਯਾਰ ਕੀ ਹੋ ਸਕਦਾ, ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਮੈਂ। ਕੁਛ ਲੱਗਦਾ ਕਿਸੇ ਦਾ ਕੋਈ ਲਾਗ ਡਾਟ? ਨਹੀਂ ਲਾਗ ਡਾਟ ਤਾਂ ਕੋਈ ਇਹੋ ਜਿਹਾ ਹੈ ਨਹੀਂ ਸੀ, ਉਹ ਪਿੰਡ ਤਾਂ ਵਧੀਆ ਯਾਰ ਸੰਬੰਧ ਕੋਈ ਇਹ ਕੋਈ ਕਹਿ ਨਹੀਂ ਸਕਦੇ ਜੀ ਹੁਣ ਤਾਂ। ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ? ਪਿੰਡ ਤਾਂ ਬਹੁਤ ਵਧੀਆ ਸੀ, ਕਬੱਡੀ ਖੇਡਦਾ ਸੀ ਬਹੁਤ ਵਧੀਆ, ਮਿਲਣਸਾਰ ਬੰਦਾ ਸੀ। ਪਿਤਾ ਜੀ ਵਿਚਾਰੇ ਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀਦਾਰ ਰਿਟਾਇਰ ਹੋ ਗਏ ਜੀ। ਪਰ ਇੱਡੀ ਬੜੀ ਵਾਰਦਾਤ ਨੂੰ ਇੰਨੀ ਬੇਕਿਰਤੀ ਨਾਲ ਅੰਜਾਮ ਦੇਣਾ, ਹਾਂਜੀ ਹਾਂਜੀ, ਜਿਸ ਤਰ੍ਹਾਂ ਅਸੀਂ ਵੀਡੀਓ ਸਾਡੇ ਕੋਲ ਆਈਆਂ ਨੇ, ਉਹ ਤੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ ਸੀ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਸੀ ਜਿਵੇਂ ਕੁੜੀ ਨੂੰ ਮਾਰਦਾ ਵਾ। ਇਹ ਹੋ ਸਕਦੀ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਸੀ, ਯਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸੌਖੀ ਹੈ। ਕਦੇ ਕਿਸੇ ਨਾਲ ਲੜਾਈ ਪੈਣੀ? ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਹੋਈ। ਬਾਹਰ ਕਿਸੇ ਕੀਤੀ? ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ, ਵਧੀਆ ਸੌਖਾ। ਮੈਂਬਰਾਂ ਨੂੰ ਪਤਾ ਲੱਗ ਚੁੱਕਾ? ਪਤਾ ਨਹੀਂ ਵੀਰੇ, ਸੋਸ਼ਲ ਮੀਡੀਆ 'ਤੇ ਦੇਖਿਆ ਸੀ। ਮੁੰਡਾ ਤਾਂ ਸਾਊਥ ਸੀਗਾ, ਬਹੁਤ ਜਾਣੇ ਵੈਸੇ ਸਾਨੂੰ ਪਤਾ ਲੱਗਿਆ ਸੀਗਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੁੱਤ ਤੜਵਾਈ ਸੀਗੀ, ਸਾਨੂੰ ਪਤਾ ਲੱਗਿਆ ਸੀਗਾ ਜੀ। ਦੇਖੋ ਮਤਲਬ ਹੁਣ ਪਤਾ ਨੀ ਸਾਨੂੰ ਤਾਂ, ਦੇਖੋ ਜੀ ਵੀ ਕੀ ਗੱਲਬਾਤ ਹੈ ਇਹਨਾਂ ਦੀ, ਯਾਨੀ ਕਿ ਹੋਣੀ ਆ ਕੁੜੀ ਨਾਲ ਪ੍ਰੇਮ ਸੰਬੰਧ? ਪ੍ਰੇਮ ਸੰਬੰਧ ਹੋਣਗੇ ਜਾਣੀ। ਕਿੰਨੇ ਕੁ ਟਾਈਮ ਪਹਿਲਾਂ ਲੱਗਦਾ ਹੋ ਗਏ? 3-4 ਕੁ ਮਹੀਨੇ ਹੋ ਗਏ ਜੀ। ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲਾ ਦਿੱਤਾ ਸੀ? ਸ਼ਾਇਦ ਇਹੀ ਹੋ ਸਕਦਾ ਜੀ, ਹੁਣ ਜਦ ਅਕਸਰ ਨੂੰ ਜੇ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ? ਕਦੇ ਵੀ ਨਹੀਂ, ਕਦੇ ਬਹੁਤ ਸਾਊ ਬਹੁਤ ਆ ਜੀ ਮੁੰਡਾ, ਬਹੁਤ ਸਾਊ ਆ। ਕਿਸ ਤਰ੍ਹਾਂ ਸੁਭਾਅ ਸੀ ਪਿੰਡ ਦੇ? ਸੁਭਾਅ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ, ਬਹੁਤ ਸਾਊ ਸੀਗਾ ਸੁਭਾਅ ਤਾਂ। ਅੱਜ ਜੋ ਇਹਨੇ ਕਾਰਾ ਕੀਤਾ ਵਾ, ਬੜਾ ਬੇਇੱਜ਼ਤੀ ਦਾ, ਇਹ ਕਿਸ ਕੀ ਹੋ ਸਕਦਾ? ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਆ ਕਰਿਆ ਨੇ ਯਾਨੀ। ਚਲੋ ਬਾਕੀ ਹੁਣ ਦੇਖੋ, ਸੋਨਾ ਜੀ ਵੀ ਇੱਕ ਕਬੱਡੀ ਪਲੇਅਰ ਵੀ ਸੀ? ਹਾਂ ਕਬੱਡੀ ਪਲੇਅਰ ਸੀ, ਬਹੁਤ ਵਧੀਆ ਸੀਗਾ ਕਬੱਡੀ ਪਲੇਅਰ ਵੀ, ਮੰਨਿਆ ਤੈਨਾਂ ਸੀਗਾ ਜੀ ਇਹਨੂੰ ਪੂਰਾ। ਜਦ ਤੋਂ ਇਹਦੀ ਮਤਲਬ ਕਿ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀਗੀ ਤੇ ਜਦ ਤੋਂ ਬਾਅਦ ਫਿਰ ਖੇਲਿਆ ਨਹੀਂ, ਮੁੜ ਕੇ ਹੁਣ ਪੰਪ ਤੇ ਲੱਗ ਗਿਆ ਸੀਗਾ, ਪੈਟਰੋਲ ਪੰਪ ਤੇ, ਤੇ ਉੱਥੇ ਕੰਮ ਕਰਦਾ ਸੀ ਹੁਣ ਜਾਂ 3-4 ਮਹੀਨਿਆਂ ਤੋਂ ਲੱਗਿਆ ਹੋਇਆ ਸੀਗਾ ਜੀ ਉੱਥੇ। ਪਰਿਵਾਰ 'ਚ ਕਿੰਨੇ ਕੁ ਮੈਂਬਰ ਨੇ ਇਹਨਾਂ ਦੇ? ਇਹ 3 ਭਰਾ ਨੇ ਜੀ ਤੇ 4 ਭੈਣਾਂ ਨੇ, ਇੱਕ ਵਿਆਹਿਆ ਹੋਇਆ ਭਾਈ ਤੇ 4 ਭੈਣਾਂ ਵਿਆਹੀਆਂ ਹੋਈਆਂ ਨੇ। ਪਿਤਾ ਕੀ ਕਰਦੇ ਆ? ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ, ਇੱਧਰ ਮਾਣੇ ਵਾਲਾ ਸਕੂਲ ਦੇ ਵਿੱਚ ਲੱਗਿਆ ਸੀਗਾ ਜੀ, ਹੁਣ ਉੱਥੇ ਰਿਟਾਇਰ ਹੋ ਗਏ। ਮੁੰਡੇ 28 ਸਾਲ ਉਮਰ ਆ। ਤੇ ਪਿੰਡ 'ਚ ਕਦੇ ਨਹੀਂ ਲੜਿਆ? ਕਦੇ ਵੀ ਨਹੀਂ, ਮੈਂ ਤਾਂ ਕਦੇ ਸੁਣੇ ਨਹੀਂ ਹੈਗੇ ਕਦੇ ਵੀ। ਬਹੁਤ ਸਾਊ ਮੁੰਡਾ ਸੀਗਾ ਬਹੁਤ। ਮੁੰਡਾ ਤਾਂ ਬਹੁਤ ਵਧੀਆ ਸੀ, ਕਬੱਡੀ ਕੁੱਡੀ ਖੇਡਦਾ ਸੀ ਵਧੀਆ, ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ। ਗੁੱਸੇ ਕੋਰ ਸੀ? ਨਹੀਂ ਨਹੀਂ ਬਹੁਤ ਵਧੀਆ ਸੀ, ਤੇ ਪਿੰਡ ਤਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਉਹਦੀ। ਕਿੰਨੇ ਭੈਣ ਭਾਈ ਨੇ? ਉਹ ਮੇਰੇ 4 ਭੈਣਾਂ ਨੇ, 3 ਭਾਈ ਨੇ। ਇਹ ਵਿਆਹਿਆ ਹੋਇਆ ਸੀ? ਨਹੀਂ ਕੁਆਰਾ ਹੀ ਤਾਂ ਜੀ ਇਹ। ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਐਡੀ ਬੜੀ ਵਾਰਦਾਤ ਨੂੰ ਅੰਜਾਮ ਦਿੰਦਾ, ਕੀ ਕਾਰਨ ਹੋ ਸਕਦੇ ਇਹਦੇ ਵਿੱਚ? ਪਤਾ ਨਹੀਂ ਯਾਰ ਕੀ ਹੋ ਸਕਦਾ, ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਮੈਂ। ਕੁਛ ਲੱਗਦਾ ਕਿਸੇ ਦਾ ਕੋਈ ਲਾਗ ਡਾਟ? ਨਹੀਂ ਲਾਗ ਡਾਟ ਤਾਂ ਕੋਈ ਇਹੋ ਜਿਹਾ ਹੈ ਨਹੀਂ ਸੀ, ਉਹ ਪਿੰਡ ਤਾਂ ਵਧੀਆ ਯਾਰ ਸੰਬੰਧ ਕੋਈ ਇਹ ਕੋਈ ਕਹਿ ਨਹੀਂ ਸਕਦੇ ਜੀ ਹੁਣ ਤਾਂ। ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ? ਪਿੰਡ ਤਾਂ ਬਹੁਤ ਵਧੀਆ ਸੀ, ਕਬੱਡੀ ਖੇਡਦਾ ਸੀ ਬਹੁਤ ਵਧੀਆ, ਮਿਲਣਸਾਰ ਬੰਦਾ ਸੀ। ਰੇ ਨਹੀਂ ਮਿਲਦਾ ਜੋ ਗੱਲ ਪਤਾ ਲੱਗੀ ਹੋਈ ਨਹੀਂ ਅੱਜ ਤੱਕ ਸਾਨੂੰ ਤਾਂ ਕੋਈ ਗੱਲ ਨਹੀਂ ਚੜਦੀ ਪਤਾ ਲੱਗੀ। ਬਾਕੀ ਘਰ 'ਚ ਕਿੰਨੇ ਵਿਆਹ ਹੋਏ ਨੇ? ਉਹਦੇ ਭੈਣੇ ਵਿਆਹ ਹੋਏ ਨੇ ਭਾਈ ਤਾਂ ਇੱਕ ਵਿਆਹ ਹੋਇਆ ਦਾ ਭਾਈ। ਇਹ ਜੁਆਇੰਟ ਫੈਮਿਲੀ ਹੈ ਇਕੱਲੇ ਇਕੱਲੇ? ਨਾ ਨਾ ਨਾ, ਸਾਰੀ ਜੁਆਇੰਟ ਫੈਮਿਲੀ ਹੈ ਜੀ। ਪਿਤਾ ਜੀ ਕੀ ਕਰਦੇ ਆ? ਪਿਤਾ ਜੀ ਵਿਚਾਰੇ ਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀਦਾਰ ਰਿਟਾਇਰ ਹੋ ਗਏ ਜੀ। ਪਰ ਇੱਡੀ ਬੜੀ ਵਾਰਦਾਤ ਨੂੰ ਇੰਨੀ ਬੇਕਿਰਤੀ ਨਾਲ ਅੰਜਾਮ ਦੇਣਾ, ਜਿਸ ਤਰ੍ਹਾਂ ਅਸੀਂ ਵੀਡੀਓ ਸਾਡੇ ਕੋਲ ਆਈਆਂ ਨੇ, ਉਹ ਤੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ ਸੀ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਸੀ ਜਿਵੇਂ ਕੁੜੀ ਨੂੰ ਮਾਰਦਾ ਵਾ। ਇਹ ਹੋ ਸਕਦੀ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਸੀ, ਯਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸੌਖੀ ਹੈ। ਕਦੇ ਕਿਸੇ ਨਾਲ ਲੜਾਈ ਪੜਾਈ? ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਹੋਈ। ਬਾਹਰ ਕਿਸੇ ਕੀਤੀ? ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ, ਵਧੀਆ ਸੌਖਾ। ਮੈਂਬਰਾਂ ਨੂੰ ਪਤਾ ਲੱਗ ਚੁੱਕਾ? ਪਤਾ ਨਹੀਂ ਵੀਰੇ, ਸੋਸ਼ਲ ਮੀਡੀਆ ਤੇ ਦੇਖਿਆ ਸੀ। ਮੁੰਡਾ ਤਾਂ ਸਾਊਥ ਸੀਗਾ, ਬਹੁਤ ਜਾਣੇ ਵੈਸੇ ਸਾਨੂੰ ਪਤਾ ਲੱਗਿਆ ਸੀਗਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੁੱਤ ਤੜਵਾਈ ਸੀਗੀ, ਸਾਨੂੰ ਪਤਾ ਲੱਗਿਆ ਸੀਗਾ ਜੀ।
ਦੇਖੋ ਮਤਲਬ ਹੁਣ ਪਤਾ ਨੀ ਸਾਨੂੰ ਤਾਂ ਦੇਖੋ ਜੀ ਵੀ ਕੀ ਗੱਲਬਾਤ ਹੈ ਇਹਨਾਂ ਦੀ, ਯਾਨੀ ਕਿ ਹੋਣੀ ਆ ਕੁੜੀ ਨਾਲ ਪ੍ਰੇਮ ਸੰਬੰਧ, ਪ੍ਰੇਮ ਸੰਬੰਧ ਹੋਣਗੇ ਯਾਨੀ ਕਿੰਨੇ ਕੁ ਟਾਈਮ ਪਹਿਲਾਂ ਹੋ ਗਏ, 3-4 ਕੁ ਮਹੀਨੇ ਹੋ ਗਏ ਜੀ। ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲਾ ਦਿੱਤਾ ਸੀ, ਸ਼ਾਇਦ ਇਹੀ ਹੋ ਸਕਦਾ ਹੀ ਹੋਣ, ਜਦੋਂ ਅਫਸਰ ਨੂੰ ਜਿਉਂਦੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ, ਕਦੇ ਵੀ ਨਹੀਂ, ਕਦੇ ਬਹੁਤ ਸਾਊ ਬਹੁਤ ਆ ਜੀ ਮੁੰਡਾ, ਬਹੁਤ ਸਾਊ ਆ। ਕਿਸ ਤਰ੍ਹਾਂ ਸੁਭਾਅ ਸੀ ਪਿੰਡ ਦੇ? ਸੁਭਾਅ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ, ਬਹੁਤ ਸਾਊ ਸੀਗਾ ਸੁਭਾਅ ਤਾਂ। ਅੱਜ ਜੋ ਇਹਨੇ ਕਾਰਾ ਕੀਤਾ ਵਾ ਬੜਾ ਵਿਕਰਤੀ ਦਾ, ਇਹ ਕਿਸ ਕੀ ਹੋ ਸਕਦਾ? ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਕਰਿਆ ਨੇ ਯਾਨੀ। ਚਲੋ ਬਾਕੀ ਹੁਣ ਦੇਖੋ, ਸੋਨਾ ਜੀ ਵੀ ਇੱਕ ਵੱਡੀ ਪਲੇਅਰ ਵੀ ਸੀ। ਹਾਂ ਕਬੱਡੀ ਪਲੇਅਰ ਸੀ, ਬਹੁਤ ਵਧੀਆ ਸੀਗਾ ਕਬੱਡੀ ਪਲੇਅਰ ਵੀ, ਮੰਨਿਆ ਤਿੰਨੇ ਸੀਗਾ ਜੀ ਇਹਨੂੰ ਪੂਰਾ। ਜਦ ਤੋਂ ਇਹਦੀ ਮਤਲਬ ਕਿ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀਗੀ, ਤੇ ਜਦ ਤੋਂ ਬਾਅਦ ਫਿਰ ਖੇਲਿਆ ਨੀ ਮੁੜ ਕੇ, ਹੁਣ ਪੰਪ ਤੇ ਲੱਗ ਗਿਆ ਸੀਗਾ, ਪੈਟਰੋਲ ਪੰਪ ਤੇ, ਤੇ ਉੱਥੇ ਕੰਮ ਕਰਦਾ ਤੇ ਹੁਣ 3-4 ਮਹੀਨਿਆਂ ਤੋਂ ਲੱਗਿਆ ਹੋਇਆ ਸੀਗਾ ਜੀ ਉੱਥੇ। ਪਰਿਵਾਰ 'ਚ ਕਿੰਨੇ ਕੁ ਮੈਂਬਰ ਨੇ ਇਹਨਾਂ ਦੇ? ਇਹ ਤਿੰਨ ਭਰਾ ਨੇ ਜੀ, ਤੇ 4 ਭੈਣਾਂ ਨੇ, ਇੱਕ ਵਿਆਹਿਆ ਹੋਇਆ ਭਾਈ ਤੇ 4 ਭੈਣਾਂ ਵਿਆਹੀਆਂ ਹੋਈਆਂ ਨੇ। ਪਿਤਾ ਕੀ ਕਰਦੇ ਆ? ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ ਇੱਧਰ ਮਾਣੇ ਵਾਲਾ ਸਕੂਲ ਦੇ ਵਿੱਚ ਲੱਗਿਆ ਸੀਗਾ ਜੀ, ਹੁਣ ਉੱਥੇ ਰਿਟਾਇਰ ਹੋ ਗਿਆ। ਮੁੰਡੇ ਦੀ ਕਿੰਨੀ ਉਮਰ? 28-30 ਸਾਲ ਉਮਰ। ਪਿੰਡ 'ਚ ਕਦੇ ਲੜਿਆ? ਕਦੇ ਵੀ ਨਹੀਂ, ਮੈਂ ਤਾਂ ਕਦੇ ਸੁਣੇ ਹੀ ਨਹੀਂ ਹੈਗੇ ਕਦੇ ਵੀ। ਬਹੁਤ ਸਾਊ ਮੁੰਡਾ ਸੀਗਾ, ਬਹੁਤ।